ਕੋਈ ਕੈਨੇਡਾ ਨੂੰ ਵਧੀਆ ਦੱਸਦਾ ਏ ਤੇ ਕੋਈ ਭਾਰਤ ਨੂੰ ਵਧੀਆ ਦੱਸਦਾ ਏ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਵੀ ਇਮਾਨਦਾਰੀ ਦੇ ਨਾਲ ਵਿਚਾਰ ਕਰਾਂਗੇ ਕਿ ਕਿਹੜਾ ਦੇਸ਼ ਵਧੀਆ ਹੈ ਵੀਡੀਓ ਨੂੰ ਬੜੇ ਧਿਆਨ ਨਾਲ ਸੁਣੋਗੇ ਤੇ ਤੁਹਾਡੇ ਬਹੁਤ ਸਾਰੇ ਭੁਲੇਖੇ ਜਿਹੜੇ ਨੇ ਦੂਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਅਤੇ ਬਾਹਰਲੇ ਜਿੰਨੇ ਮੁਲਕ ਨੇ ਜਿੱਥੇ-ਜਿੱਥੇ ਵੀ ਪੰਜਾਬ ਦੇ ਲੋਕ ਗਏ ਨੇ ਸਿੱਖ ਗਏ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਬੜੀ ਤਰੱਕੀ ਕੀਤੀ ਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਉੱਥੇ ਜਿਹੜੇ ਵਿਚਾਰ ਚੱਲਦੀ ਹੈ ਵੀ ਇਹਨਾਂ ਦੋਵਾਂ ਮੁਲਕਾਂ ਦੇ ਵਿੱਚੋਂ ਵਧੀਆ ਦੇਸ਼ ਕਿਹੜਾ ਹੈ ਉਹਦੇ ਵਿੱਚ ਜਿਹੜੇ ਬਾਹਰ ਗਏ ਦੇਸ਼ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਗਏ ਨੇ ਰੋਜੀ ਰੋਟੀ ਦੇ ਖਾਤਰ ਉਹ ਅਕਸਰ ਹੀ ਕਹਿੰਦੇ ਸੁਣੀ ਤੇ ਦੇਖੇ ਦੇ ਨੇ ਕਿ ਜਿੱਥੇ ਦੇਸ਼ ਦੇ ਵਿੱਚ ਰਹਿ ਰਹੇ ਆ ਬਾਹਰਲੇ ਮੁਲਕਾਂ ਦੇ ਵਿੱਚ ਇਹ ਦੇਸ਼ ਵਧੀਆ ਨੇ ਤੇ ਭਾਰਤ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਉਥੇ ਹੀ ਇੱਕ ਹੋਰ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਲੋਕਤੰਤਰ ਜ਼ਿਆਦਾ ਹੈ ਉਥੋਂ ਦੇ ਨਾਗਰਿਕਾਂ ਦੀਆਂ ਸਹੂਲਤਾਂ ਜ਼ਿਆਦਾ ਨੇ ਕਾਨੂੰਨ ਵਧੀਆ ਬਣੇ ਹੋਏ ਨੇ ਜਿਸ ਕਰਕੇ ਲੋਕ ਕੈਨੇਡਾ ਦੀ ਸਿਫਤ ਕਰਦੇ ਨੇ ਉਥੇ ਜਾ ਕੇ ਪੰਜਾਬੀਆਂ ਨੇ ਸਿੱਖਾਂ ਨੇ ਬੜੀ ਤਰੱਕੀ ਕੀਤੀ ਹੈ ਤੇ ਬੜਾ ਮਾਨ ਸਨਮਾਨ ਵੀ ਪਾਇਆ ਹੈ ਇੰਨਾ ਕੁਝ ਗੱਲਾਂ ਕਰਕੇ ਹੀ ਕੈਨੇਡਾ ਦੀ ਸਿਫਤ ਕੀਤੀ ਜਾਂਦੀ ਹੈ ਤੇ ਜਦੋਂ ਵੀ ਨੈਟ ਦੇ ਉੱਤੇ ਸਵਾਲ ਪੁੱਛੋਗੇ ਕਿ ਦੋਵਾਂ ਮੁਲਕਾਂ ਵਿੱਚੋਂ ਵਧੀਆ ਕਿਹੜਾ ਹੈ ਤੇ ਤੁਹਾਨੂੰ ਬਹੁਪੱਖੀ ਜਿਹੜੇ ਵਿਚਾਰ ਨੇ ਉਹ ਕੈਨੇਡਾ ਦੇ ਹੱਕ ਦੇ ਵਿੱਚ ਮਿਲਣਗੇ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਠੀਕ ਹੈ ਇਹ ਦੋ ਤਿੰਨ ਚੀਜ਼ਾਂ ਬਾਲਦੇਸ਼ ਦੇ ਵਿੱਚ ਵਧੀਆ ਨੇ ਜਿਹੜੀ ਅਗਲੀ ਗੱਲ ਹੈ ਹੋ ਸਕਦਾ ਕਿਸੇ ਨੂੰ ਹজম ਨਾ ਹੋਵੇ ਤੇ ਹজম ਕਰਨ ਲਈ ਤੁਹਾਨੂੰ ਸਾਰੂ ਵੀਡੀਓ ਸੁਣਨੀ ਪਵੇਗੀ ਕਿ ਇਹਦੇ ਵਿੱਚ ਵਿਚਾਰ ਕੀ ਨੇ ਤੇ ਕਿਸ ਗੱਲ ਤੋਂ ਮੈਂ ਵੀ ਇਹ ਗੱਲ ਆਨਣਾ ਮੇਰੇ ਸਮੇਤ ਹੋਰ ਵੀ ਜਿਹੜੇ ਚੰਗੇ ਵਿਚਾਰ ਰੱਖਦੇ ਨੇ ਸੂਝਵਾਨ ਨੇ ਉਹ ਇਸ ਗੱਲ ਨਾਲ ਸਹਿਮਤ ਨੇ ਕਿ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਵਧੀਆ ਦੇਸ਼ ਹੈ ਇਹ ਦੇਸ਼ ਕੈਨੇਡਾ ਤੋਂ ਲੈ ਕੇ ਹੋਰ ਜਿੰਨੇ ਬਾਹਰੀ ਮੁਲਕ ਨੇ ਇਹਨਾਂ ਸਾਰਿਆਂ ਨਾਲੋਂ ਹੀ ਸ਼ਰਮਣੀ ਹੈ ਇਸ ਕਰਕੇ ਨਹੀਂ ਕਿ ਸ਼ਾਇਦ ਅਸੀਂ ਇੱਥੋਂ ਦੇ ਵਸਨੀਕ ਹਾਂ ਜਾਂ ਅਸੀਂ ਕਿਸੇ ਦਬਾਅ ਦੇ ਹੇਠ ਕਹਿ ਰਹੇ ਹਾਂ ਬਿਲਕੁਲ ਨਹੀਂ ਆਪਾਂ ਕੋਜਨ ਦੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਦੇ ਨੇ ਪਹਿਲੀ ਗੱਲ ਗੁਰਬਾਣੀ ਵਿੱਚੋਂ ਕਰੀਏ ਜਿਸ ਵਿੱਚ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਕਬੀਰ ਧਰਤੀ ਸਾਧਕੀ ਤਸਕਰ ਬੈਸਹਿਗਾਹੇ ਇਸ ਪੰਕਤੀ ਦੇ ਨਾਲ ਤੁਹਾਡੇ ਸਾਰਿਆਂ ਦੇ ਉਹਨਾਂ ਦੇ ਭਲੇਖੇ ਦੂਰ ਹੋ ਜਾਣਗੇ ਜਿਹੜੇ ਇਹ ਗੱਲ ਸੋਚ ਕੇ ਇਹ ਗੱਲ ਆਖ ਦਿੰਦੇ ਨੇ ਕਿ ਭਾਰਤ ਦੇ ਵਿੱਚ ਬੜਾ ਤਕਾ ਹੁੰਦਾ ਏ ਲੋਕਤੰਤਰ ਦਾ ਘਾਣ ਹੋ ਰਿਹਾ ਏ ਇਹ ਤੇ ਵਦਕੀਆਂ ਬੜੀਆਂ ਹੋ ਰਹੀਆਂ ਨੇ ਤੇ ਇਥੋਂ ਜਿਹੜੇ ਹਾਕਮ ਨੇ ਜਦੋਂ ਵੀ ਸਿੱਖ ਵਿਰੋਧੀ ਤਾਕਤਾਂ ਜਿਹੜੀਆਂ ਨੇ ਉਹ ਸਿੱਖਾਂ ਨੂੰ ਦਬਾਉਂਦੀਆਂ ਨੇ, ਕਤਲ ਕਰਦੀਆਂ ਨੇ, ਮਾਰਦੀਆਂ ਨੇ, ਉਹਨਾਂ ਨਾਲ ਹਰੇਕ ਤਰ੍ਹਾਂ ਦਾ ਵਿਕਤਰਾ ਤੇ ਭੇਤ ਭਾਵ ਕੀਤਾ ਜਾਂਦਾ ਹੈ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਇਹ ਗੱਲ ਬਿਲਕੁਲ ਸਹੀ ਹੈ। ਇਹ ਸਦੀਆਂ ਤੋਂ ਚੱਲੀ ਆ ਰਹੀ ਹੈ ਇਹ ਗੱਲ। ਪਰ ਇਹ ਗੱਲ ਕਹਿ ਦੇਣੀ ਕਿ ਪੂਰਾ ਦੇਸ਼ ਹੀ ਗਲਤ ਹੈ। ਇਸ ਪੱਖ ਦੇ ਵਿੱਚ ਗੁਰਬਾਣੀ ਨੇ ਜਿਹੜਾ ਸਹੀ ਫੈਸਲਾ ਕੀਤਾ ਹੈ। ਵੀ ਧਰਤੀ ਤਾਂ ਅਸੀਂ ਸਾਧੂ ਸੰਤਾਂ ਦੀ ਪਰ ਇੱਥੇ ਆਣ ਕੇ ਚੋਰ ਬਹਿ ਜਾਣਾ। ਤੇ ਉਹ ਧਰਤੀ ਮਾੜੀ ਨਹੀਂ ਹੋ ਜਾਂਦੀ। ਉਹ ਧਰਤੀ ਉੱਤੇ ਡਾਕੂ ਤੇ ਚੋਰਾਂ ਦਾ ਕਬਜ਼ਾ ਹੋ ਗਿਆ ਕੁਝ ਸਮੇਂ ਵਾਸਤੇ। ਵੀ ਇਸ ਦੇਸ਼ ਦੇ ਉੱਤੇ ਵੱਖੋ-ਵੱਖ ਹਾਕਮਾਂ ਨੇ ਆਪਣੀ ਜਿਹੜੀ ਹਕੂਮਿਅਤ ਹੈ ਉਹ ਕੀਤੀ ਹੈ। ਤੇ ਇਹਦੇ ਨਾਲੇ ਨਹੀਂ ਨਿਰਣਾ ਕੀਤਾ ਜਾ ਸਕਦਾ ਵੀ ਇਹ ਸਾਰਾ ਭਾਰਤ ਜਾਂ ਧਰਤੀ ਮਾੜੀ ਹੈ ਬਿਲਕੁਲ ਨਹੀਂ। ਭਾਰਤ ਦੀ ਧਰਤੀ ਖਾਸ ਕਰਕੇ ਪੰਜਾਬ ਦੀ ਧਰਤੀ ਵਰਗਾ ਕੋਈ ਅਸਥਾਨ ਨਹੀਂ ਤੇ ਸਿਆਣਿਆਂ ਨੇ ਤੇ ਆਖਿਆ ਵੀ ਪੰਜਾਬ ਵਸਦਾ ਗੁਰਾਂ ਦੇ ਨਾਮ ਦੇ ਉੱਤੇ ਇਸ ਕਰਕੇ ਇਥੋਂ ਵਰਗਾ ਮੌਸਮ ਹੈ ਇਥੋਂ ਵਰਗੀ ਮਿੱਟੀ ਇਥੋਂ ਵਰਗਾ ਹੋਰ ਵਾਤਾਵਰਨ ਤੁਹਾਨੂੰ ਕਿਤੇ ਵੀ ਮਿਲਦਾ ਨਹੀਂ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਭਾਵੇਂ ਤੁਸੀਂ ساری ਦੁਨੀਆ ਘੁੰਮ ਆਓ ਇਸੇ ਹੀ ਵਿਚਾਰ ਦੇ ਤਹਿਤ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ ਹਾਂ ਵੇ ਹੈ ਵੀ ਜਿਹੜੀ ਧਰਤੀ ਹੈ ਸਾਧੂ ਮਹਾਤਮਾ ਗੁਰੂਆਂ ਪੀਰਾਂ ਦੀ ਧਰਤੀ ਪੀਰਾਂ ਫਕੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਬੰਦਗੀ ਵਾਲਿਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹਦੇ ਉੱਤੇ ਆਣ ਕੇ ਜੇ ਚੋਰ ਕਬਜ ਹੋ ਜਾਣ ਸਮੇਂ-ਸਮੇਂ ਉੱਤੇ ਪਹਿਲਾਂ ਵੀ ਹੋਏ ਨੇ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਧਰਤੀ ਗੰਦਲੀ ਹੋ ਗਈ ਹੈ ਕੁਝ ਸਮੇਂ ਵਾਸਤੇ ਜਿਹੜੇ ਝੂਠ ਦੇ ਬੱਦਲ ਨੇ ਉਹ ਆਪਣਾ ਸੂਰਜ ਨੂੰ ਦਬਾ ਲੈਂਦੇ ਨੇ ਪਰ ਬੱਦਲ ਦੀ ਜਿਹੜੀ ਛਾਂ ਹੈ ਸਦਾ ਰਹਿੰਦੀ ਨਹੀਂ ਤੇ ਜਿਹੜੇ ਇਹ ਗੱਲ ਆਖਦੇ ਨੇ ਵੀ ਇੱਥੇ ਤਕਾ ਬੜਾ ਹੁੰਦਾ ਹੈ ਜੀ ਅਸੀਂ ਹੁਣ ਪੱਕੇ ਤੌਰ ਤੇ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਚਲੇ ਜਾਣਾ ਹੈ ਇੱਥੇ ਅਸੀਂ ਸੇਫ ਨਹੀਂ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਪੁਰਖ ਅਕਸਰ ਹੀ ਕਿਆ ਕਰਦੇ ਸਨ ਕਿ ਸ਼ੇਰ ਦਾ ਪੁੱਤ ਹੁੰਦਾ ਜੰਗਲ ਦੇ ਵਿੱਚ ਤੇ ਜੰਗਲ ਦੇ ਸਾਰੇ ਪਸ਼ੂ ਪੰਛੀ ਜਾਨਵਰ ਇਕੱਠੇ ਹੋ ਕੇ ਉਹਨੂੰ ਕਹਿਣ ਵੀ ਇੱਥੋਂ ਨਿਕਲ ਜਾ ਤੇ ਜੇ ਉਹ ਡਰਦਾ ਮਾਰਾ ਉਹ ਤੋਂ ਨਿਕਲ ਜਾਵੇ ਤੇ ਕੀ ਉਹ ਸ਼ੇਰ ਦਾ ਪੁੱਤ ਘਾਉਣ ਦਾ ਲਾਇਕ ਹੈ ਇਥੋਂ ਤੁਹਾਨੂੰ ਇਹ ਸਿੱਖਿਆ ਲੈ ਲੈਣੀ ਚਾਹੀਦੀ ਏ ਕਿ ਜੇ ਕੁਝ ਡਾਕੂ ਚੋਰ ਕੁਝ ਸਮੇਂ ਵਾਸਤੇ ਕਾਬਜ ਹੋ ਜਾਣ ਕਿਸੇ ਵੀ ਧਰਤੀ ਉੱਤੇ ਕਿਸੇ ਵੀ ਦੇਸ਼ ਦੇ ਵਿੱਚ ਤੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਚਲੇ ਜਾਣਾ ਸ਼ੇਰ ਜੰਗਲ ਤੋਂ ਛੱਡ ਕੇ ਚਲਾ ਜਾਵੇ ਤੇ ਉਹ ਸ਼ੇਰ ਕਹਾਉਣ ਦੇ ਲਾਇਕ ਨਹੀਂ ਇਹ ਉਹੀ ਧਰਤੀ ਹੈ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਵੱਡੇ-ਵਡੇਰਿਆਂ ਨੇ ਸ਼ਹੀਦਾਂ ਨੇ ਖੂਨ ਡੋਲਿਆ ਹੈ ਜੇ ਖੋਨ ਨਾ ਡੁੱਲਦਾ ਤੇ ਇਹ ਧਰਤੀ ਕਿਸੇ ਮੁਸਲਿਮ ਕੰਟਰੀ ਦੀ ਹਿੱਸਾ ਹੋਣੀ ਸੀ ਇਸ ਕਰਕੇ ਕਦੇ ਵੀ ਇਹ ਗੱਲ ਨਾ ਆਖੋ ਕਿ ਇਹ ਧਰਤੀ ਮਾੜੀ ਏ ਇਹ ਧਰਤੀ ਬੜੇ ਕਰਮਾਂ ਵਾਲੀ ਏ ਜਿੱਥੇ ਸਾਡੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਪੰਜ ਤਖਤ ਨੇ ਸ਼ਹੀਦੀ ਸਥਾਨ ਨੇ ਤੇ ਹੋਰ ਗੁਰਦੁਆਰਾ ਸਾਹਿਬ ਨੇ ਮਾਹਾਂਪੁਰਖਾਂ ਦੇ ਸਥਾਨ ਨੇ ਜਿੱਥੇ ਉਹਨਾਂ ਨੇ ਬੰਦਗੀ ਕੀਤੀ ਏ ਇਹ ਉਹੀ ਸਥਾਨ ਏ ਜਿਹੜਾ ਗੁਰੂ ਸਾਹਿਬਾਨਾਂ ਨੇ ਚੁਣਿਆ ਹੈ ਸ਼ਹੀਦਾਂ ਮਰੀਦਾਂ ਨੇ ਚੁਣਿਆ ਹੈ ਕੈਨੇਡਾ ਵਰਗੀਆਂ ਧਰਤੀਆਂ ਵਧੀਆ ਨੇ ਉੱਥੋਂ ਦਾ ਕਾਨੂੰਨ ਸੋਖ ਸਕਦਾ ਏ ਹੁਣ ਦੇ ਸਮੇਂ ਦੇ ਵਿੱਚ ਠੀਕ ਏ ਪਰ ਇਹੋ ਹੀ ਧਰਤੀ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ ਹੈ ਤੇ ਕੋਈ ਵੀ ਪ੍ਰਾਣੀ ਕੋਈ ਵੀ ਪ੍ਰਜਾਦਾ ਕੋਈ ਵੀ ਹਿੱਸਾ ਕੋਈ ਵੀ ਖਤਾ ਕੋਈ ਵੀ ਦੇਸ਼ ਸਾਰੇ ਸੁਖਸ਼ਾਲ ਸਨ ਕੋਈ ਵੀ ਦੁਖੀ ਨਹੀਂ ਸੀ ਸਮਾਂ ਆਏਗਾ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਕੁਰਬਾਨੀਆਂ ਦਿੱਤੀਆਂ ਨੇ 90% ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਤੁਸੀਂ ਸਿੱਖ ਇਸ ਦੇਸ਼ ਦੇ ਵਾਰਸ ਹੋ ਇਹ ਕੋਈ ਮਾਮੇ ਨਹੀਂ ਲੱਗਦੇ ਜਿਹੜੇ ਆਣ ਕੇ ਇਥੇ ਕਬਜ ਹੋ ਜਾਣ ਕਿਸੇ ਵੀ ਸਮੇਂ ਦੇ ਵਿੱਚ ਆਣ ਕੇ ਜਿਹੜੇ ਸਿੱਖ ਵਿਰੋਧੀ ਨੇ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਦੇਸ਼ ਨੂੰ ਲੁੱਟਣਾ ਚਾਹੁੰਦੇ ਨੇ ਉਹ ਦੇਸ਼ ਦੇ ਕੀ ਲੱਗਦੇ ਨੇ ਇਸ ਕਰਕੇ ਇਹ ਸ਼ਹੀਦਾਂ ਦੀ ਧਰਤੀ ਏ ਇਹ ਉਹੀ ਮੌਸਮ ਹੈ ਜਿਹੜਾ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ 12 ਮਾਹ ਜਿਸ ਮੌਸਮ ਦੇ ਹਿਸਾਬ ਨਾਲ ਚਾਰਿਆ ਹੈ ਤੇ ਉਪਦੇਸ਼ ਦਿੱਤਾ ਹੈ ਹੋਰ ਕਿਸੇ ਵੀ ਧਰਤੀ ਦਾ ਵਾਤਾਵਰਣ ਮੌਸਮ 12 ਮਾਹ ਦੇ ਅਨਸਾਰ ਨਹੀਂ ਹੈ ਇਸ ਕਰਕੇ ਕਹਿਣਾ ਪਵੇਗਾ ਕਿ ਇਹ ਧਰਤੀ ਸਭ ਨੂੰ ਖੁਸ਼ਹਾਲ ਧਰਤੀ ਖਾਸ ਕਰਕੇ ਪੰਜਾਬ ਦੀ ਧਰਤੀ ਸਭ ਨੂੰ ਮਹਿੰਗੀ ਤੇ ਖੁਸ਼ਹਾਲ ਧਰਤੀ ਹੈ ਇਸ ਵਰਗਾ ਦੇਸ਼ ਕੋਈ ਨਹੀਂ ਕੱਲੇ ਪੰਜਾਬ ਦੀ ਗੱਲ ਹੀ ਕੀ ਕਰੀਏ ਜਿਸ ਪੂਰੇ ਭਾਰਤ ਵਾਸਤੇ ਅਸੀਂ ਕੁਰਬਾਨੀਆਂ ਦਿੱਤੀਆਂ ਨੇ ਆਪਣਾ ਕਤਰਾ-ਕਤਰਾ ਖੂਨ ਦਾ ਵਹਾਇਆ ਏ ਇਹ ਦੇਸ਼ ਤੁਹਾਡਾ ਏ ਕਿਸੇ ਹੋਰ ਦਾ ਨਹੀਂ ਬਾਕੀ ਤੁਹਾਡਾ ਕੋਈ ਵੀ ਦੇਸ਼ ਨਹੀਂ ਤੁਸੀਂ ਕਿਰਾਏ ਤੇ ਰਹਿਣ ਵਾਲੇ ਹੋ ਅਜੀ ਵੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਵਿੱਚ ਤੁਸੀਂ ਕਿਰਾਏ ਤੇ ਰਹ ਰਹੇ ਹੋ ਗੱਲ ਸਹੀ ਹੈ ਪਰ ਜਦਨ ਸਹੀ ਹੱਥਾਂ ਦੇ ਵਿੱਚ ਪੂਰਾ ਡੈਮੋਕਰੈਟਿਕ ਸਿਸਟਮ ਆ ਜਾਏਗਾ ਪੂਰਾ ਹਰੇਕ ਤਰ੍ਹਾਂ ਦਾ ਮਨੁੱਖ ਗਰੀਬ ਅਮੀਰ ਹਰੇਕ ਜਾਤੀ ਦਾ ਹਰੇਕ ਧਰਮ ਦਾ ਇਨਸਾਨ ਖੁਸ਼ ਹੋਵੇਗਾ ਉਹ ਖਾਲਸਾਈ ਰਾਜ ਹੁੰਦਾ ਹੈ ਇਸ ਕਰਕੇ ਕਹਿਣਾ ਪਵੇਗਾ ਆਪੀ ਇਹ ਧਰਤੀ ਵਰਗੀ ਹੋਰ ਕੋਈ ਧਰਤੀ ਨਹੀਂ ਇਹਦੇ ਵਿੱਚ ਤੁਹਾਡਾ ਜਿਹੜਾ ਰਾਜ ਹੈ ਪੂਰੇ ਕੋਨੇ ਕੋਨੇ ਤੱਕ ਤੁਸੀਂ ਇਹਦੇ ਮਲਕੀਅਤ ਦੇ ਮਾਲਕ ਹੋ ਜਿਹੜਾ ਵਿਰੋਧ ਕਰਦਾ ਏ ਜ਼ੁਲਮ ਕਰਦਾ ਏ ਉਹਦਾ ਵਿਰੋਧ ਹੈ ਪਰ ਇਸ ਕਰਮਾਂ ਵਾਲੀ ਧਰਤੀ ਦਾ ਵਿਰੋਧ ਨਹੀਂ ਤੇ ਮੈਂ ਫਿਰ ਦੁਹਰਾ ਦਿਆਂ ਭਗਤ ਕਬੀਰ ਸਾਹਿਬ ਦੀ ਗੁਰਬਾਣੀ ਦਾ ਉਹ ਉਪਦੇਸ਼ ਜਿਹਦੇ ਵਿੱਚ ਉਹਨਾਂ ਆਖਿਆ ਹੈ ਕਬੀਰ ਧਰਤੀ ਸਾਧ ਕੀ ਤਸਕਰ ਬੈਸ ਹੈ ਗਾਹੇ ਇਹ ਗੁਰੂਆਂ ਪੀਰਾਂ ਸਾਧੂ ਸੰਤਾਂ ਸ਼ਹੀਦਾਂ ਮਰੀਦਾਂ ਦੀ ਧਰਤੀ ਏ ਇਸ ਕਰਕੇ ਤੁਸੀਂ ਇਥੋਂ ਦੇ ਮਾਲਕ ਹੋ ਅਖੀਰ ਦੇ ਵਿੱਚ ਮੈਂ ਸਾਰੀ ਵਿਚਾਰਧਾਰਾ ਨੂੰ ਇਨ੍ਹਾਂ ਸ਼ਬਦਾਂ ਦੇ ਵਿੱਚ ਤੁਹਾਡੇ ਸਾਹਮਣੇ ਪਰੋਸਿਆ ਹੈ ਕਿ ਸਮੇਂ ਦਾ ਹੇਰ ਫੇਰ ਹੋ ਸਕਦਾ ਏ ਤੁਸੀਂ ਇਸ ਧਰਤੀ ਦੇ ਮਾਲਕ ਹੋ ਤੁਸੀਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ ਤੁਹਾਨੂੰ ਗੁਰੂ ਨੇ ਸਾਰੀ ਸ੍ਰਿਸ਼ਟੀ ਦਾ ਰਾਜ ਦੇਣਾ ਏ ਜਿਹੜੀ ਅਰਦਾਸ ਦੇ ਵਿੱਚ ਗੱਲ ਪੜਦੇ ਹੋ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਗੁਰੂ ਮਹਾਰਾਜ ਦੇ ਪਾਵਨ ਬਚਨ ਨੇ ਤੇ ਇਹ ਜਲਦੀ ਹੀ ਪੂਰੇ ਹੋ ਜਾਣਗੇ ਜੇ ਗੁਰੂ ਦੇ ਪਾਵਨ ਉਪਦੇਸ਼ਾਂ ਉਤੇ ਚੱਲਣਾ ਸ਼ੁਰੂ ਕਰ ਦਿਓਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ